ਜਥੇਦਾਰ ਗੁਰਦੇਵ ਸਿੰਘ ਕੋਂਕੇ ਉਹਨਾਂ ਦੇ ਮਾਮਲੇ ਤੇ ਸ਼ਹੀਦੀ ਸਮਾਗਮ ਸ਼੍ਰੀ ਨਾਡਾ ਸਾਹਿਬ ਕੀਤਾ ਗਿਆ। ਜਸਵੀਰ ਸਿੰਘ ਰੋਡੇ ਹੋਣੀ ਖਾਸ ਕਰਕੇ ਪਹੁੰਚੇ ਸੀ। ਰੋਡੇ ਸਾਹਿਬ, ਤੁਸੀਂ ਕਈ ਚੀਜ਼ਾਂ ਦਾ ਜ਼ਿਕਰ ਕੀਤਾ ਕਿ ਫਕਰੇ ਕੌਮ ਖਿਤਾਬ ਦਿੱਤਾ ਗਿਆ, ਕਿੱਥੇ ਗਲਤੀਆਂ ਹੋਈ, ਕਿੱਥੇ ਸਿਆਸੀ ਤੌਰ ਤੇ ਇੱਕ ਪੈਰਵੀ ਰਹੀ ਜਾਂ ਦਬਾਅ ਰਿਹਾ, ਜਿਹੜੇ ਸਹੀ ਫੈਸਲੇ ਨਹੀਂ ਹੋ ਸਕੇ। ਹੁਣ ਜਿਹੜੇ ਫੈਸਲੇ ਪੰਜ ਮਤੇ ਪਏ ਨੇ ਉਹ ਕੀ ਨੇ, ਔਰ ਅੱਗੇ ਕੀ ਕਰਨ ਜਾ ਰਹੇ ਹੋ ਤੁਸੀਂ? ਦੇਖੋ, ਅਸੀਂ ਤੇ ਹੁਣ ਜਦੋਂ ਤੋਂ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਦਾ ਕਤਲ ਹੋਇਆ, ਬੜੀ ਬੇਰਹਿਮੀ ਨਾਲ ਕਤਲ ਹੋਇਆ, ਉਹ ਤੇ ਬਹੁਤ ਤਸ਼ੱਦਦ ਹੋਇਆ, ਬਲਕਿ ਉਹ ਸਰੀਰ ਦੇ ਕਈ ਅੰਗ ਤੋੜੇ ਗਏ ਤੇ ਅਖੀਰ ਚ ਵੀ ਉਹਨੂੰ ਟੁਕੜੇ ਕਰਕੇ ਵੱਢ ਕੇ ਦਰਿਆ ਚ ਰੋੜਿਆ ਗਿਆ। ਇਹ ਬਹੁਤ ਸਾਰੇ ਗਵਾਹ ਜਿਹੜੇ ਮੌਕੇ ਦੇ ਸੀ, ਉਹਨਾਂ ਨੇ ਆਪਣੀਆਂ ਵੀਡੀਓ ਵੀ ਪਾਤੀਆਂ, ਸੋਸ਼ਲ ਮੀਡੀਆ ਤੇ ਚੱਲ ਰਹੀਆਂ। ਇਹ ਉਦੋਂ ਕਤਲ ਹੋਇਆ ਸੀ ਜਦੋਂ ਇੱਥੇ ਕਾਂਗਰਸ ਦਾ ਰਾਜ ਸੀ, ਸਰਦਾਰ ਬੇਅੰਤ ਸਿੰਘ ਦੀ ਸਰਕਾਰ ਸੀਗੀ। ਉਹ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਦਾ ਕਤਲ ਹੋਇਆ, ਹੋਰ ਬੜੇ ਉਦੋਂ ਕਤਲ ਹੋਏ, ਝੂਠੇ ਪੁਲਿਸ ਮੁਕਾਬਲੇ ਬਣੇ। ਇਸੇ ਦੇ ਰੋਸ ਵਜੋਂ ਮੁੰਡਿਆਂ ਦਾ ਖੂਨ ਖੌਲ ਗਿਆ, ਭਾਈ ਹਵਾਰੇ ਹੋਣਾ ਦਾ, ਪਿਓਰੇ ਹੋਣਾ ਦਾ, ਉਹਨਾਂ ਨੇ ਬੇਅੰਤ ਸਿੰਘ ਦਾ ਕਤਲ ਕਰਤਾ। ਉਹ ਤੋਂ ਬਾਅਦ ਇੱਥੇ ਪੰਥਕ ਸਰਕਾਰ ਬਣ ਗਈ, ਅਕਾਲੀ ਸਰਕਾਰ ਬਣ ਗਈ, ਉਹਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ। ਉਹਦੇ ਤੋਂ ਪੰਥਕ ਨੁਮਾਇੰਦਿਆਂ ਨੇ ਅਸੀਂ ਮੰਗ ਕੀਤੀ ਕਿ ਹੁਣ ਤੁਸੀਂ ਖੁਦ ਗਵਾਹ ਉਸ ਗੱਲ ਦੇ, ਕਿਉਂਕਿ ਜਦੋਂ ਸਿੰਘ ਸਾਹਿਬ ਥਾਣੇ 'ਚ ਸੀਗੇ ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ SSP ਸਵਰਨ ਸਿੰਘ ਨੂੰ ਫੋਨ ਕੀਤਾ ਸੀ ਕਿ ਸਾਡੇ ਜਥੇਦਾਰਾਂ ਦਾ ਖਿਆਲ ਰੱਖਿਆ ਜਾਵੇ। ਖੈਰ, ਇਦੋਂ ਵੱਧ ਵੀ ਕਹਿ ਸਕਦੇ ਸੀ ਵੀ ਸਾਡੇ ਜਥੇਦਾਰਾਂ ਨੂੰ ਛੱਡ ਦਿੱਤਾ ਜਾਵੇ, ਜਾਂ ਇਦੋਂ ਥੋੜਾ ਸੌਫਟ ਵੀ ਰੱਖਣਾ ਸੀ ਤਾਂ ਕਹਿ ਸਕਦੇ ਸੀ ਵੀ ਤੁਸੀਂ ਇਹਨਾਂ ਦਾ ਰਿਮਾਂਡ ਖਤਮ ਕਰੋ, ਇਹਨਾਂ ਨੂੰ ਜੇਲ੍ਹ 'ਚ ਭੇਜੋ, ਜੁਡੀਸ਼ਲੀ ਰਿਮਾਂਡ 'ਚ ਭੇਜ ਕੇ ਪੁੱਛਗਛ ਕਰੋ, ਕਾਨੂੰਨੀ ਤੌਰ 'ਤੇ ਲੜਾਈ ਲੜ ਲਓ। ਪਰ ਇਹ ਗੱਲਾਂ ਪਤਾ ਨਹੀਂ ਕਿਵੇਂ ਹੋਈਆਂ, ਕਿਵੇਂ ਰਹਿ ਗਈਆਂ। ਇਹਦੇ ਲਈ ਵੀ ਪ੍ਰਕਾਸ਼ ਸਿੰਘ ਬਾਦਲ ਤਾਂ ਹੁਣ ਰਹੇ ਨਹੀਂ, ਕੌਣ ਜਵਾਬ ਦੇ ਸਕਦਾ? ਪਰ ਸਾਡੇ ਕਹਿਣ 'ਤੇ ਉਹਨਾਂ ਨੇ ਇੱਕ ਕਮਿਸ਼ਨ ਬਣਾਤਾ, ਤਵਾੜੀ ਕਮਿਸ਼ਨ। ਤਵਾੜੀ ਕਮਿਸ਼ਨ ਦੀ ਰਿਪੋਰਟ ਆ ਗਈ, ਰਿਪੋਰਟ CM ਨੂੰ ਸੌਂਪ ਦਿੱਤੀ ਗਈ, ਅਤੇ ਪਰ ਉਹ ਦਬਾ ਕੇ ਰੱਖੀ ਗਈ। ਕਿਹਨਾਂ ਨੇ ਦਬਾ ਕੇ ਰੱਖੀ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ, ਸਰਕਾਰਾਂ ਨੇ, ਉਹ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ, ਉਹ ਤੋਂ ਬਾਅਦ ਸਰਦਾਰ ਚੰਨੀ ਨੇ, ਅਤੇ ਉਹ ਤੋਂ ਬਾਅਦ ਅੱਜ ਸਰਦਾਰ ਭਗਵੰਤ ਸਿੰਘ ਵੀ ਹਲੇ ਉਸੇ ਲਾਈਨ 'ਚ ਖੜ੍ਹੇ ਆ। ਹਲੇ ਤੱਕ ਵੀ ਦਬੀ ਹੋਈ ਸੀ ਉਹ, ਕਿਉਂਕਿ ਹਲੇ ਐਕਟ ਨਹੀਂ ਹੋਇਆ ਉਹਦੇ 'ਤੇ, ਤਫਤੀਸ਼ ਓਪਨ ਹੋ ਗਈ। ਇੱਕ ਮਨੁੱਖੀ ਅਧਿਕਾਰ ਸੰਗਠਨ ਨੇ RTI ਪਾ ਕੇ ਰਿਪੋਰਟ ਲੈ ਲਈ ਅਤੇ ਜਥੇਦਾਰ ਅਕਾਲ ਤਖ਼ਤ ਨੂੰ ਸੌਂਪ ਕੇ ਓਪਨ ਕਰਤੀ। ਉਸ ਤੋਂ ਬਾਅਦ ਅਸੀਂ ਇਹ ਮਸਲਾ ਚੱਕਿਆ ਕਿ ਕਿਉਂ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਹੁੰਦਿਆਂ ਇਸ ਰਿਪੋਰਟ ਨੂੰ ਦਬਾ ਕੇ ਕਿਉਂ ਰੱਖਿਆ, ਜਦੋਂ ਕਿ ਬੜਾ ਸਪਸ਼ਟ ਉਹਨੇ ਆਪਣੀ ਰਿਪੋਰਟ 'ਚ ਲਿਖਿਆ। ਹਾਲਾਂਕਿ ਉਹਨਾਂ ਨੇ ਇਸ ਰਿਪੋਰਟ ਨੂੰ ਰੱਦੀ ਕਰਨ ਵਾਸਤੇ, ਇਹਦਾ ਪ੍ਰਭਾਵ ਖਤਮ ਕਰਨ ਵਾਸਤੇ ਕਈ ਕਮਿਸ਼ਨ ਬਣਾਏ, ਕਈ ਸਿਟਰਾਈਆਂ, ਕਈ ਇਹਦੇ 'ਤੇ ਕਮਿਸ਼ਨ 'ਤੇ ਕਮਿਸ਼ਨ ਬਣਾਏ, ਪਰ ਹਾਲੇ ਵੀ ਉਹ ਰਿਪੋਰਟ ਆਪਣੇ ਮੂੰਹ ਇਹ ਬੋਲਦੀ ਹੈ ਵੀ ਤੁਸੀਂ ਗੁਰਮੀਤ ਸਿੰਘ ਦੇ ਉੱਪਰ ਕੇਸ ਦਰਜ ਕਰੋ, FIR ਦਰਜ ਕਰਕੇ ਤੁਸੀਂ ਜਿਹੜਾ ਇਹਦੇ ਵਿੱਚ ਚਲਾਣ ਪੇਸ਼ ਕਰੋ, ਚਲਾਣ ਪੇਸ਼ ਕਰਕੇ ਇਹਦੇ ਉੱਪਰਲੇ ਜਿੰਨੇ ਅਫਸਰ ਸੀ ਅਤੇ ਥੱਲੇ ਵਾਲੇ ਜਿੰਨੇ ਅਫਸਰ ਸੀ, ਕਾਨੂੰਨੀ ਤੌਰ 'ਤੇ ਸਾਰਿਆਂ 'ਚ ਦੇਖੋ ਵੀ ਕਿਹਨੇ ਕੀ ਵਧੀਕੀ ਕੀਤੀ ਹੈ, ਕਿਹਨੇ ਕੀ ਗਲਤੀ ਕੀਤੀ ਹੈ। ਇਹ ਹੁਣ ਹੋ ਸਕਦਾ, ਤੁਸੀਂ ਕਹਿ ਰਹੇ ਹੋ ਇਹ ਚੀਜ਼ ਹੁਣ ਮੁੱਖ ਮੰਤਰੀ, ਅਸੀਂ ਹੁਣ ਚਾਹੁੰਦੇ ਹਾਂ। ਸਾਡਾ ਦੋ ਲੜਾਈਆਂ ਹੋ ਗਈਆਂ, ਇੱਕ ਤਾਂ ਇਹ ਹੋ ਗਈ ਵੀ ਜੇ ਪ੍ਰਕਾਸ਼ ਸਿੰਘ ਬਾਦਲ ਨੇ ਇਹ ਕੁਝ ਨਹੀਂ ਕੀਤਾ, ਪੰਥ ਦਾ ਨੁਮਾਇੰਦਾ ਇਦੋਂ ਵੱਡਾ ਕੌਣ ਹੋ ਸਕਦਾ ਜਿਹੜਾ ਜਥੇਦਾਰ ਅਕਾਲ ਤਖ਼ਤ ਸਾਹਿਬ ਜਿਹੜਾ ਅੰਮ੍ਰਿਤ ਛਕਾਉਂਦਾ ਰਿਹਾ ਹੋਵੇ, ਕਥਾ ਕਰਦਾ ਰਿਹਾ ਹੋਵੇ, ਪ੍ਰਚਾਰ ਕਰਦਾ ਰਿਹਾ ਹੋਵੇ, ਨਿਤਨੇਮੀ ਹੋਵੇ, ਐਂ ਚੜ੍ਹਦੀ ਕਲਾ ਵਾਲਾ, ਉਹ ਇੱਕ ਤਰ੍ਹਾਂ ਪੱਕਾ ਜਰਨੈਲ ਹੋਵੇ ਭਾਈ ਗੁਰਦੇਵ ਸਿੰਘ ਕੌਂਕੇ, ਉਹਨੂੰ ਜੇ ਇਨਸਾਫ਼ ਨਹੀਂ ਦਵਾ ਸਕੇ ਤਾਂ ਹੋਰ ਪੰਥ ਕਿਹੜਾ ਹੈ? ਇਸ ਕਰਕੇ ਅਸੀਂ ਕਿਹਾ ਸੀ ਕਿ ਜਿਹੜਾ ਪੰਥਕ ਸਰਕਾਰ ਦੇ ਹੁੰਦਿਆਂ ਉਹਨੂੰ ਅਵਾਰਡ ਦਿੱਤਾ ਗਿਆ ਫਖਰੇ ਕੌਮ,
ਪੰਥ ਰਤਨ ਉਹ ਵਾਪਸ ਲੈ ਜਾਣ, ਇਹ ਅਪੀਲ ਕੀਤੀ ਜਥੇਦਾਰ ਅਕਾਲ ਤਖ਼ਤ ਨੂੰ। ਅਸੀਂ ਦੂਜੀ ਲੜਾਈ ਦੇ ਵਾਸਤੇ ਪੈਨਲ ਵਕੀਲਾਂ ਦਾ ਬਣਾਇਆ ਸੀ ਅਤੇ ਹੁਣ ਅਸੀਂ ਸਾਰੀ ਸਾਡੀ ਜਿਹੜੀ ਇੱਕ ਤਾਲਮੇਲ ਕਮੇਟੀ ਬਣੀ ਆ ਉਹਦੇ ਤੋਂ ਅਸੀਂ ਭਗਵੰਤ ਸਿੰਘ ਮਾਨ ਤੋਂ ਟਾਈਮ ਲਿਆ ਕਿ ਤੂੰ ਸਾਨੂੰ ਟਾਈਮ ਦੇ, ਤੂੰ ਇਹ ਸਾਰਾ ਕੁਝ ਕਰ, ਜੇ ਤੂੰ ਵੀ ਨਹੀਂ ਕਰੇਂਗਾ ਤੂੰ ਵੀ ਤਾਂ ਇਸੇ ਲਾਈਨ 'ਚ ਖਲੋਣਾ। ਅੱਜ ਸੀ ਐਮ ਦੀ ਕੁਰਸੀ ਤਾਂ ਅੱਜ ਹੈਗੀ, ਕੱਲ੍ਹ ਨੂੰ ਨਹੀਂ ਹੋਊਗੀ। ਫਿਰ ਉਹਨੇ ਸਾਨੂੰ 29 ਤਰੀਕ ਦਾ ਟਾਈਮ ਦਿੱਤਾ, 29 ਤਰੀਕ ਨੂੰ ਅਸੀਂ ਮਿਲਾਂਗੇ, ਆਪਦਾ ਲਿਖਤੀ ਪੱਖ ਦਿਆਂਗੇ ਉਹਨੂੰ ਕਿ ਹੁਣ ਤੱਕ ਸਾਡੀ ਜਿਹੜੀ ਕਾਨੂੰਨੀ ਮਾਹਰਾਂ ਦੀ ਜਿਹੜੀ ਟੀਮ ਹੈ ਉਹਨੇ ਆਹ ਕੁਝ ਪੜਚੋਲ ਕੀਤੀ ਆ, ਇਹਦੇ 'ਤੇ ਅੱਗੇ ਤੋਂ ਐਫ ਆਈ ਆਰ ਦਰਜ ਕਰਕੇ ਅੱਗੇ ਕੇਸ ਚਲਾ ਕੇ ਜਿਹੜੇ ਦੋਸ਼ੀ ਉਹਨੂੰ ਸਜ਼ਾ ਦੇਵੋ। ਇਹ ਹੈ ਕਾਨੂੰਨੀ ਪੱਖ। ਦੂਜਾ ਪੱਖ ਸਾਡੇ ਜਥੇਦਾਰ ਅਕਾਲ ਤਖ਼ਤ ਦੇ ਨਾਲ ਹੈ ਕਿ ਜਥੇਦਾਰ ਸਾਹਿਬ ਤੁਸੀਂ ਕੌਮ ਦੇ ਜਥੇਦਾਰ ਹੈ, ਕਿਸੇ ਧੜੇ ਦੇ ਨਹੀਂ, ਕੌਮ ਦੀ ਆਵਾਜ਼ ਸੁਣੋ। ਕੌਮ ਦੀ ਆਵਾਜ਼ ਬੁਲੰਦ ਕਰਨ ਵਾਸਤੇ ਥਾਵਾਂ ਥਾਵਾਂ 'ਤੇ ਫੰਕਸ਼ਨ ਹੋ ਰਹੇ ਆ, ਜਿਹਦੇ ਸੰਬੰਧ ਵਿੱਚ ਇਹ ਵੀ ਇੱਕ ਕੜੀ ਦਾ ਹਿੱਸਾ ਸੀ ਜਿਹੜਾ ਅੱਜ ਨਾਢਾ ਸਾਹਿਬ ਅਸੀਂ ਖੜ੍ਹੇ ਹਾਂ। ਦਸਮ ਪਾਤਸ਼ਾਹ ਦੀ ਪਾਵਨ ਧਰਤੀ 'ਤੇ ਬਹੁਤ ਵੱਡਾ ਇਕੱਠ ਹੋਇਆ, ਇੱਥੇ ਵੀ ਇੱਥੇ ਇਹ ਮਤੇ ਪਾਸ ਕੀਤੇ ਗਏ ਆ, ਜਿਹਦੇ ਵਿੱਚ ਇੱਕ ਇਹੀ ਮਤਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲਿਆ ਜਾਵੇ, ਇੱਕ ਮਤਾ ਸੀ ਕਿ ਅਸੀਂ ਅੱਜ ਸੰਗਤ ਵੱਲੋਂ ਪੰਥ ਵੱਲੋਂ ਇਹ ਅਵਾਰਡ ਕਿਉਂਕੇ ਪਰਿਵਾਰ ਨੂੰ ਦਿੰਦੇ ਆ, ਉਹਨਾਂ ਦੇ ਪੁੱਤਰ ਨੂੰ ਦਿੱਤਾ ਗਿਆ। ਇੱਕ ਮਤਾ ਸੀ ਕਿ 10 ਫਰਵਰੀ ਨੂੰ ਜਿਹੜਾ ਜਲੰਧਰ ਵਿਖੇ ਗੁਰੂ ਤੇਗ ਬਹਾਦਰ ਨਗਰ ਗੁਰਦੁਆਰੇ ਵਿਖੇ ਇੱਕ ਇਕੱਠ ਸੱਦਿਆ ਗਿਆ ਹੈ, ਪੰਥ ਦਾ ਨੁਮਾਇੰਦਾ ਇਕੱਠ, ਜਿਹਦੇ 'ਚ ਕਿਸਾਨ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ, ਸੰਤ ਸਮਾਜ, ਬੁੱਧੀਜੀਵੀ ਵਰਗ, ਪੱਤਰਕਾਰ, ਅਸੀਂ ਸਾਰੇ ਉੱਥੇ ਸੱਦੇ ਆ। ਉੱਥੋਂ ਇੱਕ ਰਾਏ ਪੈਦਾ ਕਰਨੀ ਹੈ ਕਿ ਅੱਗੇ ਕੀ ਰਣਨੀਤੀ ਹੋਵੇ ਕਿ ਅਸੀਂ ਇਸ ਆਵਾਜ਼ ਨੂੰ ਇੰਨੀ ਬੁਲੰਦ ਕਰ ਦਈਏ ਕਿ ਸਿੰਘ ਸਾਹਿਬ ਨੂੰ ਇਹ ਆਵਾਜ਼ ਉਵੇਂ ਹੀ ਸੁਣਨੀ ਪਵੇ ਜਿਵੇਂ ਪਹਿਲੇ ਸਿੰਘ ਸਾਹਿਬਾਂ ਨੇ ਸੁਣੀ ਸੀ, ਉਦੋਂ ਜਦੋਂ ਰਾਮ ਰਹੀਮ ਨੂੰ ਕਲੀਨ ਚਿੱਟ ਦੇਤੀ ਸੀ ਪਰ ਪੰਥ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ, ਇੱਥੇ ਫਿਰ ਵਾਪਸ ਲੈ ਲਈ ਸੀ। ਇਹਨਾਂ ਗੱਲਾਂ 'ਤੇ ਤੁਹਾਨੂੰ ਲੱਗਦਾ ਫੈਸਲਾ ਹੋਏਗਾ ਕਿਉਂਕਿ ਅਕਾਲੀ ਦਲ, SGPC ਜਾਂ ਇਹ ਤੁਹਾਨੂੰ ਜਾਂ ਗੱਦਾਰ ਕਹਿਣਾ ਜਾਂ ਇਹ ਕਹਿਣਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਹੈ ਜਿਵੇਂ ਦਾਦੂਵਾਲ ਜੀ ਹੋ ਗਏ ਜਾਂ ਹੋਰ ਜੋ ਤਾਲਮੇਲ ਕਮੇਟੀ 'ਚ ਬਣੇ ਸ਼ਖਸੀਅਤਾਂ? ਜੀ ਦੇਖੋ, ਇਹ ਤਾਂ ਸਰਦਾਰ ਸੁਖਬੀਰ ਸਿੰਘ ਅਸਲ ਮੁੱਦੇ ਤੋਂ ਲਾਂਭੇ ਕਰਨ ਵਾਸਤੇ ਸਾਡੇ 'ਤੇ ਦੋਸ਼ ਲਾ ਰਿਹਾ, ਲਾਂਭੇ ਕੋਈ ਨਹੀਂ। ਅਸੀਂ ਕਹਿੰਦੇ ਵੀ ਮੁੱਦੇ ਬਾਰੇ ਕਿਉਂ ਨਹੀਂ ਗੱਲ ਕਰਦਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜੋ ਅਵਾਰਡ ਦਿੱਤਾ ਗਿਆ, ਜਿਹਨੇ ਇੰਨੀ ਰਿਪੋਰਟ ਦਬਾ ਕੇ ਰੱਖੀ, ਜੇ ਰਿਪੋਰਟ ਗਲਤ ਸੀ ਤਾਂ ਉਹ CM ਸੀ, ਇੱਕ ਹੋਰ ਕਮਿਸ਼ਨ ਬਿਠਾ ਦਿੰਦਾ ਵੀ ਇਸ ਰਿਪੋਰਟ ਦੇ ਵਿੱਚ ਆਹ ਕਮੀਆਂ ਹੈ ਤੁਸੀਂ ਦੂਰ ਕਰੋ। ਅੱਜ ਵੀ ਭਗੌੜਾ ਕਰਾਰ ਦਿੱਤਾ ਹੋਇਆ ਜਥੇਦਾਰ ਉਹਨਾਂ ਨੂੰ, ਅੱਜ ਵੀ ਭਗੌੜਾ ਕਰਾਰ ਹੈ। ਜੇ ਭਾਈ ਗੁਰਦੇਵ ਸਿੰਘ ਭਗੌੜਾ ਹੈ ਤੇ ਗ੍ਰਹਿ ਮੰਤਰੀ ਹੁੰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀ ਪੜਚੋਲ ਕੀਤੀ, ਉਹਦੀ ਕਿੰਨੇ ਕੁ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਵੀ ਆਹ ਭਾਈ ਗੁਰਦੇਵ ਸਿੰਘ ਦੀ ਫੋਟੋ ਹੈ, ਇਹ ਬੰਦਾ ਜਿੱਥੇ ਵੀ ਮਿਲੇ ਸਾਨੂੰ ਸਰਕਾਰ ਨੂੰ ਦੱਸੋ, ਨਾਲ ਦੀ ਸਟੇਟ ਦੇ ਵਿੱਚ ਕਿੰਨੇ ਕੁ ਨਾਕੇ ਲਾਏ, ਉਹਨਾਂ ਦੇ ਪਰਿਵਾਰ ਨੂੰ ਕਿੰਨੇ ਵਾਰੀ ਪੁੱਛਿਆ ਵੀ ਤੁਹਾਡੇ ਨਾਲ ਕੋਈ ਸੰਪਰਕ ਹੋਇਆ ਕਿ ਨਹੀਂ, ਰਿਸ਼ਤੇਦਾਰਾਂ ਨੂੰ ਕਿੰਨੇ ਵਾਰੀ ਪੁੱਛਿਆ, ਪੜਚੋਲ ਤਾਂ ਹੋਈ ਨਹੀਂ ਕਿਉਂਕਿ ਬੰਦਾ ਭੱਜਿਆ ਹੀ ਨਹੀਂ, ਨਾ ਭਾਈ ਗੁਰਦੇਵ ਸਿੰਘ ਭੱਜ ਸਕਦੇ ਸੀ ਨਾ ਉਹ ਭੱਜੇ ਆ। ਇਹ ਸਭ ਸੁਖਬੀਰ ਸਿੰਘ ਬਾਦਲ ਵੀ ਜਾਣਦਾ ਵੀ ਨਹੀਂ ਭੱਜੇ ਉਹ, ਤੁਹਾਡੀ ਰਿਪੋਰਟ ਵੀ ਕਹਿੰਦੀ ਹੈ ਨਹੀਂ ਭੱਜੇ, ਪਰ ਹੁਣ ਜਿਹੜਾ ਉਹ ਕਹਿ ਰਿਹਾ ਨਾ ਵੀ ਆਹ ਬੰਦਾ ਝੂਠਾ ਜੀ, ਆਹ ਬੰਦਾ ਚੋਰ ਹੈ ਜੀ, ਇਹ ਬਖਲਾਟ ਆ ਉਹਦੀ। ਸਾਡੀ ਸੁਖਬੀਰ ਸਿੰਘ ਬਾਦਲ ਨਾਲ ਕੋਈ ਦੁਸ਼ਮਣੀ ਨਹੀਂ, ਪ੍ਰਕਾਸ਼ ਸਿੰਘ ਬਾਦਲ ਨਾਲ ਕੋਈ ਦੁਸ਼ਮਣੀ, ਮਸਲਾ ਪੰਥ ਦਾ ਹੈ, ਮੁੱਦਾ ਪੰਥ ਦਾ, ਪੰਥ ਦੇ ਨਾਂ ਤੇ ਤੁਸੀਂ ਸਰਕਾਰ ਬਣਾਉਣੇ, ਪੰਥ ਨਾਲ ਹੀ ਦਗਾ ਕਰਦੇ ਆ। ਪਰ ਹੁਣ ਉਹ ਕਹਿਣਗੇ ਉਹ ਟਾਈਮ ਲੰਘ ਚੁੱਕਿਆ ਹੈ ਜਾਂ ਤਰਕ ਦੇਣਗੇ, ਤਾਂ ਤੁਹਾਨੂੰ ਲੱਗਦਾ ਇਕੱਠੇ ਹੋ ਕੇ ਅੱਗੇ ਵੱਧ ਕੇ ਵੀ ਇੱਕ ਹੱਲ ਹੈਗਾ ਹੈ ਜੋ ਹੁਣ ਮੁੱਖ ਮੰਤਰੀ ਹੈ ਉਹ ਹੱਲ ਕਰ ਸਕਣਗੇ? ਕਤਲ ਹੋਇਆ ਭਾਈ ਗੁਰਦੇਵ ਸਿੰਘ ਲੱਭਿਆ ਹੀ ਨਹੀਂ, ਉਹ ਕਹਿੰਦੇ ਭਾਈ ਗੁਰਦੇਵ ਸਿੰਘ, ਕੋਈ ਕਹਿੰਦਾ ਫੜਿਆ ਹੀ ਨਹੀਂ, ਕੋਈ ਕਹਿੰਦਾ ਜੀ ਭੱਜ ਗਏ, ਕਿੱਥੇ ਗਏ? ਕਿ ਸਮਾਂ ਲੰਘਿਆ ਤੇ ਲੰਘਾਇਆ ਕੀ ਨੇ? ਸਮਾਂ ਇੱਕ ਸਾਜਿਸ਼ ਦੇ ਤਹਿਤ ਲੰਘਾਇਆ ਗਿਆ, ਜ਼ਿੰਮੇਵਾਰੀ ਰਿਪੋਰਟ ਨੂੰ ਦਬਾ ਕੇ ਉਹਨਾਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਅਸੀਂ ਕਹਿੰਦੇ ਹੁਣ ਜਿਹੜਾ ਮੌਜੂਦਾ ਮੁੱਖ ਮੰਤਰੀ ਉਹ ਨਿਭਾਵੇ।
ਧੰਨਵਾਦ। ਠੀਕ ਹੈ, ਜਸਵੀਰ ਸਿੰਘ ਰੋਡੇ ਹੁਣੀ ਗੱਲਬਾਤ ਕਰ ਰਹੇ ਸੀ ਕਿ ਹੁਣ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ ਔਰ ਇਨਸਾਫ ਜਥੇਦਾਰ ਗੁਰਦੇਵ ਸਿੰਘ ਕੋਂਕੇ ਉਹਨਾਂ ਨੂੰ ਮਿਲੇ, ਕਿਉਂਕਿ ਤਿੰਨ ਸਰਕਾਰਾਂ ਤਿੰਨ ਤੋਂ ਚਾਰ ਪਾਰਟੀਆਂ ਦੀਆਂ ਅਲੱਗ ਅਲੱਗ ਰਹੀਆਂ ਲੇਕਿਨ ਇਨਸਾਫ ਨਹੀਂ ਮਿਲਿਆ ਔਰ ਪੰਥਕ ਇਹਨਾਂ ਵੱਖ ਵੱਖ ਜਥੇਬੰਦੀਆਂ ਦੀ ਏਕਤਾ ਕਰਕੇ ਇੱਥੇ ਨਾਢਾ ਸਾਹਿਬ ਗੱਲਬਾਤ ਕੀਤੀ ਗਈ, ਤਾਲਮੇਲ ਕਮੇਟੀ ਉਹ ਬਣਾਈ ਗਈ ਹੈ। ਕੈਮਰਾਮੈਨ ਵਿਨੋਦ ਕੁਮਾਰ ਨਾਲ ਅਮਨ ਭਾਰਦਵਾਜ, ਨਿਊਜ਼ 18 ਚੰਡੀਗੜ੍ਹ।